ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਕਲਾਸ +1 ਦਾ ਸਬਜੈਕਟ ਹੈ ਜਿਹੜਾ ਕਿ ਪੋਲੀਟੀਕਲ ਸਾਇੰਸ ਦਾ ਸੈਕੰਡ ਟਰਮ ਦਾ ਨਮੂਨਾ ਪ੍ਰਸ਼ਨ ਪੱਤਰ ਇਹ ਸੈਂਪਲ ਪੇਪਰ ਆ ਸਟੂਡੈਂਟਸ ਸੈਂਪਲ ਪੇਪਰ ਦੇ ਜਿਹੜੇ ਕਿ ਮੈਂ ਤੁਹਾਨੂੰ ਆਨਸਰਸ ਕਰਵਾ ਰਹੀ ਹਾਂ ਸੋਲੂਸ਼ਨ ਸੈਂਪਲ ਪੇਪਰ ਆ ਇਹ ਠੀਕ ਹੈ ਸੈਂਪਲ ਪੇਪਰ ਦੇ ਰਾਹੀਂ ਮਤਲਬ ਕਿ ਤੁਹਾਨੂੰ ਇਹ ਜਜਮੈਂਟ ਹੋ ਜਾਣਗੇ ਤੁਸੀਂ ਕਿੰਨਾ ਕੁ ਲਰਨ ਕਰ पाए ਕੀ ਅਕਰ ਮਤਲਬ ਕਿ ਤੁਸੀਂ ਕਿੰਨਾ ਕੁ ਹੋਰ ਯਾਦ ਕਰਨ ਦੀ ਤੁਹਾਨੂੰ ਜ਼ਰੂਰਤ ਹੈ ਰਾਜ ਦੇ ਜ਼ਰੂਰੀ ਤੱਤ ਲੇਖੋ ਤਾਂ ਰਾਜ ਦੇ ਜ਼ਰੂਰੀ ਤੱਤ ਹੈਗੇ ਨੇ ਜਿਹੜੇ ਕਿ ਹਾਂਜੀ ਸਟੂਡੈਂਟਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਰਾਜ ਦੇ ਜ਼ਰੂਰੀ ਤੱਤ ਇਹਨਾਂ ਦੇ ਵਿੱਚੋਂ ਹੈਗੇ ਨੇ ਇਹਦਾ ਅਨਸਰ ਆ ਫਸਟ ਦਾ ਬਸੋਂ ਨਿਸ਼ਚਿਤ ਭੂਮੀ ਬਸੋਂ ਨਿਸ਼ਚਿਤ ਭੂਮੀ ਸਰਕਾਰ ਪ੍ਰਭੂਸਤਾ ਇਹ ਜਿਹੜੇ ਕਿ ਚਾਰ ਹੈਗੇ ਨੇ ਰਾਜ ਦੇ ਜ਼ਰੂਰੀ ਤੱਤ ਤੇ ਪ੍ਰਭੂ ਸਤਾ ਦੋ ਤਰੀਕੇ দিয়া ਅੰਦਰੂਨੀ ਤੇ ਬਾਹਰੀ ਠੀਕ ਹੈ ਅੰਦਰ ਅੰਦਰਲੀ ਤੇ ਬਾਹਰੀ ਇਹ ਜਿਹੜਾ ਮਤਲਬ ਕਿ ਪ੍ਰਭੂ ਸਤਾ ਦੋ ਟਾਈਪ দিয়া ਤੇ ਰਾਜ ਦੇ ਜ਼ਰੂਰੀ ਤੱਤ ਨੇ ਚਾਰ ਨੇ ਹਾਂਜੀ ਤੇ ਇਹ ਜਿਹੜੇ ਕਿ ਤੁਹਾਨੂੰ ਕੁਐਸਚਨ ਨੇ ਇਹ 2 ਮਾਰਕਸ ਦੇ ਆਉਣੇ ਨੇ ਮਤਲਬ ਕਿ ਪਹਿਲੇ 4 ਸਾਰੇ ਕਰਨੇ ਨੇ ਇਹ ਤੇ ਅਗਲਾ ਹੋਊਗਾ ਮਤਲਬ ਕਿ ਸਾਰੇ ਕਰਨੇ ਹੋਣਗੇ ਤੁਸੀਂ ਇਗਜ਼ਾਮ ਦੇ ਵਿੱਚ ਪਹਿਲੇ ਪੋਰਸ਼ਨ ਦੇ ਵਿੱਚ ਤੁਹਾਨੂੰ 2-2 ਨੰਬਰ ਦੇ ਕੁਐਸਚਨ ਆਉਣਗੇ ਅੱਗੇ ਸਰਕਾਰ ਦੇ ਮੁੱਖ ਅੰਗ ਕੀ ਹਨ ਹੁਣ ਸਰਕਾਰ ਦੇ ਮੁੱਖ ਅੰਗ ਜਿਹੜੇ ਕਿ ਤਿੰਨ ਨੇ ਤਿੰਨ ਅੰਗ ਨੇ ਸਰਕਾਰ ਦੇ ਉਹ ਹੈਗੇ ਨੇ ਵਿਧਾਨਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਸੁਨਵਿਧਾਨਪਾਲਿਕਾ ਦਾ ਕੰਮ ਕੀ ਹੁੰਦਾ ਵਿਧਾਨਪਾਲਿਕਾ ਜਿਹੜੇ ਕੀ ਇਹ ਕਾਨੂੰਨਾਂ ਨੂੰ ਬਣਾਉਂਦੀ ਆ ਠੀਕ ਹੈ ਤੇ ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਆ ਤੇ ਨਿਆਂਪਾਲਿਕਾ ਜਿਹੜੀ ਕਾਨੂੰਨਾਂ ਦੀ ਰੱਖਿਆ ਕਰਦੀ ਆ ਅਗਰ 3ਵਾਂ ਕੁਐਸਚਨ ਆ ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਤਾਂ ਰਾਜ ਸਭਾ ਦਾ ਸਭਾਪਤੀ ਹੁੰਦਾ ਉਪ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦਾ ਕਾਰਜਕਾਲ ਹੁੰਦਾ 5 ਸਾਲ ਤੇ ਹੁਣ ਵਰਤਮਾਨ ਸਮੇਂ ਜਿਹੜੇ ਕਿ ਉਪ ਰਾਸ਼ਟਰਪਤੀ ਹੈਗੇ ਨੇ ਸ਼੍ਰੀ ਵੈਂਕੀਓ ਨਾਡੂ 13ਵੇਂ ਰਾਸ਼ਟਰਪਤੀ ਨੇ ਹੁਣ ਪ੍ਰੈਜ਼ੀਡੈਂਟ ਟਾਈਮ ਤੇ ਸ਼੍ਰੀ ਵੈਂਕੇ ਨਾਉਡੂ ਜੀ ਸ਼੍ਰੀ ਵੈਂਕੇ ਨਾਉਡੂ ਜੀ 13 ਮਿੰਟ ਉਸ ਤੋਂ ਕੇ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਜਿਹੜੇ ਕਿ 65 ਸਾਲ ਦੀ ਉਮਰ ਹੁੰਦਾ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਤੇ ਇਸ ਤੋਂ ਇਲਾਵਾ ਤੁਸੀਂ ਇਹ ਲਿਖ ਸਕਦੇ ਹੋ ਕਿ ਜਿਹੜੀ ਕਿ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਦੇ ਜਿਹੜੀ ਕਿ ਵਿਵਸਥਾ ਸੰਵਿਧਾਨ ਦੇ ਆਰਟੀਕਲ 124 ਦੇ ਅੰਦਰ ਆਉਂਦੀ ਹੈ ਸਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕਿ ਵਰਤਮਾਨ ਸਮੇਂ ਜਿਹੜੇ ਕਿ ਮੁੱਖ ਜੱਜ ਸਮੇਤ 34 ਜੱਜ ਨੇ ਮਤਲਬ ਕਿ 34 ਨੇ ਠੀਕ ਹੈ 33 1 1 ਜਿਹੜੇ ਕਿ ਮੁੱਖ ਜੱਜ ਤੇ ਬਾਕੀ 33 ਦੂਜੇ ਜੱਜ 34 ਠੀਕ ਹੈ ਉਸ ਤੋਂ ਅੱਗੇ ਲੋਕਤੰਤਰ ਦੇ ਚਾਰ ਗੁਣ ਲਿਖੋ ਲੋਕਤੰਤਰ ਦੇ ਚਾਰ ਗੁਣ ਇਹਨਾਂ ਦੇ ਵਿੱਚੋਂ ਕੋਈ ਚਾਰ ਪ੍ਰੇਸ਼ਨ ਕਰਨੇ ਹੋਣਗੇ ਤੁਸੀਂ ਜਿਨ੍ਹਾਂ ਦੇ ਅੰਕ ਚਾਰ ਹੋਣਗੇ ਤੇ ਪੰਜ ਤੋਂ ਸੱਤ ਵਾਕਾਂ ਦੇ ਵਿੱਚ ਤੁਸੀਂ ਅੰਤਰ ਦੇਣੇ ਨੇ ਇਹਨਾਂ ਦੇ ਹੁਣ ਲੋਕਤੰਤਰ ਦੇ ਜਿਹੜੇ ਕਿ ਗੁਣ ਇਹਨਾਂ ਵਿੱਚ ਤੁਸੀਂ ਇਹ ਹੈਡਿੰਗ ਨਾਲ ਨੇ ਤੁਸੀਂ ਪੁਆਇੰਟਸ ਆਪਣੇ ਬਣਾ ਸਕਦੇ ਹੋ ਜਿਵੇਂ ਲੋਕਤੰਤਰ ਆਮ ਲੋਕਾਂ ਦੀ ਭਲਾਈ ਦਾ ਜਿਹੜੇ ਕਿ ਮਨਰਥ ਰੱਖਦਾ ਲੋਕਤੰਤਰ ਲੋਕਾਂ ਦੁਆਰਾ ਲੋਕਾਂ ਲਈ ਸ਼ਾਸਨ ਹੁੰਦਾ ਲੋਕਤੰਤਰ ਵਿੱਚ ਜਿਹੜੀ ਕਿ ਪ੍ਰਭੂਸત્તા ਨੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਕਿ ਜਨਤਾ ਦੇ ਹੱਥਾਂ ਦੇ ਵਿੱਚ ਹੁੰਦੀ ਹੈ ਮਤਲਬ ਕਿ ਜਨਤਾ ਪ੍ਰਤੱਖ ਜਾਂ ਪਰਤੱਖ ਰੂਪ ਦੇ ਵਿੱਚ ਜਿਹੜੀ ਕਿ ਖੁਦ ਹੀ ਸ਼ਾਸਕ ਹੁੰਦੀ ਹੈ ਲੋਕਤੰਤਰ ਦਾ ਮੁੱਖ ਉਦੇਸ਼ ਸਮੂੱਚੀ ਜਨਤਾ ਦੀ ਜਿਹੜੀ ਕਿ ਰਾਜਨੀਤਿਕ ਆਰਥਿਕ ਤੇ ਸਮਾਜਿਕ ਹੋਂਦ ਤੇ ਹੁੰਦਾ ਤੇ ਇਸ ਤੋਂ ਇਲਾਵਾ ਤੁਸੀਂ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੁੰਦੇ ਲੋਕਤੰਤਰic ਸ਼ਾਸਨ ਪ੍ਰਣਾਲੀ ਦਾ ਮੁੱਖ ਸਿਧਾਂਤ ਹੈ ਜਿਹੜੇ ਕਿ ਸਮਾਨਤਾ ਸਮਾਨਤਰ ਭਾਵ ਹਰੇਕ ਰਾਜਨੀਤਿਕ ਸਮਾਨਤਾ ਇਨੀ ਸਗੋ ਆਰਥਿਕ ਤੇ ਸਮਾਜਿਕ ਸਮਾਨਤਾ ਵੀ ਸ਼ਾਮਿਲ ਹੁੰਦੀ ਹੈ ਮਤਲਬ ਕਿ ਥੋੜੇ ਥੋੜੇ ਜਿ ਤੁਸੀਂ ਪੁਆਇੰਟ ਐਕਸਪਲੇਨ ਕਰਨ ਲੇਗੇ ਐਕਸਪਲੇਨ ਕਰ ਸਕਦੇ ਤੁਸੀਂ ਆਦਰਵਾਇਜ਼ ਤੁਸੀਂ ਪੁਆਇੰਟਾਂ ਚ ਵੀ ਇਹਨਾਂ ਨੂੰ ਬਣਾ ਸਕਦੇ ਲੋਕਤੰਤਰ ਦੇ ਵਿੱਚ ਜਿਹੜੇ ਕਿ ਸਤੰਤਰਤਾ ਮਨੁੱਖੀ ਵਿਕਾਸ ਲਈ ਜ਼ਰੂਰੀ ਹੁੰਦਾ ਠੀਕ ਹੈ ਲੋਕਾਂ ਨੂੰ ਰਾਜਨੀਤੀ ਸਿੱਖਿਆ ਮਿਲਦੀ ਰਹਿੰਦੀ ਹੈ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਜਿਵੇਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਵੱਖ-ਵੱਖ ਰਾਜਨੀਤਿਕ ਦਲ ਆਪਣੇ ਚੋਣ ਅੰਦੋਲਨ ਚਲਾਉਂਦੇ ਨੇ ਤੇ ਆਪਣੀਆਂ ਨੀਤੀਆਂ ਦਾ ਐਲਾਨ ਕਰਦੇ ਨੇ ਇਹਨਾਂ ਰਾਹੀਂ ਠੀਕ ਹੈ ਆਪਣੇ ਨੇਤਾ ਦੀ ਆਲੋਚਨਾ ਕਰਦੇ ਨੇ ਪ੍ਰਸ਼ੰਸਾ ਕਰਦੇ ਨੇ ਜਨਤਾ ਪ੍ਰਤੀਨਿਧ ਆਪਣੇ ਚੁਣਦੀ ਆ ਤੇ ਵਿਦਰੋਹ ਜਾਂ ਕ੍ਰਾਂਤੀ ਦੀ ਸੰਭਾਵਨਾ ਨਹੀਂ ਹੁੰਦੀ ਕਿਉਂਕਿ ਲੋਕਤੰਤਰੀ ਸਰਕਾਰ ਦੇ ਵਿੱਚ ਜਿਹੜੇ ਕਿ ਇਹ ਚੀਜ਼ ਨਹੀਂ ਹੁੰਦੀ ਉੱਤਰਦਾਈ ਸ਼ਾਸਨ ਵੋਸਤਾ ਹੁੰਦੀ ਹੈ ਠੀਕ ਹੈ ਮਜ਼ਬੂਤ ਤੇ ਕੁਸ਼ਲ ਸ਼ਾਸਨ ਪ੍ਰਬੰਧ ਹੁੰਦਾ ਤੁਸੀਂ ਸਾਰਿਆਂ ਨੇ ਜਿਹੜੇ ਕਿ ਸਕਰੀਨ ਸ਼ਾਟ ਲੈ ਕੇ ਆਪਣੇ ਜੋ ਤੁਹਾਨੂੰ ਈਜ਼ੀ ਲੱਗਦੇ ਹੋਣਗੇ ਪੁਆਇੰਟ ਤੁਸੀਂ ਉਹ ਜਿਹੜੇ ਕਿ ਪੰਜ ਕਰ ਸਕਦੇ ਅਗਲਾ ਕੁਸ਼ਨ ਹੈ ਪ੍ਰਧਾਨਗੀ ਸਰਕਾਰ ਕੀ ਹੁੰਦੀ ਹੈ ਪ੍ਰਧਾਨਗੀ ਸਰਕਾਰ ਕੀ ਹੁੰਦੀ ਹੈ ਇਹਦਾ ਆਨਸਰ ਹੁਣ ਪ੍ਰਧਾਨਗੀ ਸਰਕਾਰ ਉਸ ਸ਼ਾਸਨ ਪ੍ਰਣਾਲੀ ਨੂੰ ਕਹਿੰਦੇ ਨੇ ਜਿਸ ਦੇ ਵਿੱਚ ਕਾਰਜਪਾਲਿਕਾ ਸੰਵਿਧਾਨਿਕ ਪੱਖ ਤੋਂ ਵਿਧਾਨਪਾਲਿਕਾ ਤੋਂ ਆਪਣੇ ਨੀਤੀਆਂ ਦੇ ਕੰਮਾਂ ਦੇ ਵਿੱਚ ਸੁਤੰਤਰ ਹੁੰਦੀ ਹੈ ਮਤਲਬ ਕਿ ਜਿਸ ਦੇ ਵਿੱਚ ਕਾਰਜਪਾਲਿਕਾ ਜਿਹੜੀ ਕਿ ਸੰਵਿਧਾਨਿਕ ਪੱਖ ਤੋਂ ਵਿਧਾਨਪਾਲਿਕਾ ਪ੍ਰਤੀ ਕੋਈ ਉੱਤਰਦਾਈ ਨਹੀਂ ਹੁੰਦੀ ਆਪਣੇ ਨੀਤੀਆਂ ਦੇ ਕੰਮਾਂ ਦੇ ਵਿੱਚ ਪੂਰੀ ਸੁਤੰਤਰ ਹੁੰਦੀ ਹੈ ਉਹ ਮਤਲਬ ਕਿ ਕਾਰਜਪਾਲਿਕਾ ਤੇ ਵਿਧਾਨਿਕਾਪਾਲਿਕਾ ਦੇ ਵਿੱਚ ਆਪਸ ਵਿੱਚ ਕੋਈ ਜਿਆਦਾ ਜਿਹੜੇ ਕਿ ਸਬੰਧ ਨਹੀਂ ਹੁੰਦਾ ਉਹਦੇ ਲਈ ਉੱਤਰਦਾਈ ਨਹੀਂ ਹੁੰਦੀ ਉਹਨੂੰ ਕਹਿੰਦੇ ਨੇ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਤੇ ਜਿਸ ਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਆਪਸ ਦੇ ਵਿੱਚ ਮਤਲਬ ਕਿ ਸਬੰ ਠੀਕ ਹੈ ਕਾਰਜਪਾਲਿਕਾ ਵਿਧਾਨਪਾਲਿਕਾ ਪ੍ਰਤੀ ਉੱਥੇ ਜਿਹੜੀ ਕਿ ਸੰਸਦੀ ਸ਼ਾਸਨ ਪ੍ਰਣਾਲੀ ਹੁੰਦੀ ਹੈ ਤੇ ਵਿਧਾਨਪਾਲਿਕਾ ਮੰਤਰੀਆਂ ਨੂੰ ਜਿਵੇਂ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਪ੍ਰਤੀ ਉੱਤਰਦਾਈ ਨਹੀਂ ਹੁੰਦੀ ਤੇ ਦੋਹਾਂ ਵਿੱਚ ਕੋਈ ਸਬੰਧ ਨਹੀਂ ਹੁੰਦਾ ਵਿਧਾਨਪਾਲਿਕਾ ਮੰਤਰੀ ਨੂੰ ਉਹਨਾਂ ਦੇ ਪਦ ਤੋਂ ਹਟਾ ਨਹੀਂ ਸਕਦੀ ਰਾਜ ਦਾ ਅਸਲੀ ਰਾਜ ਦਾ ਪ੍ਰਧਾਨ ਹੈ ਜਿਹੜੀ ਕਿ ਅਸਲੀ ਕਾਰਜਪਾਲਿਕਾ ਹੁੰਦਾ ਹੈ ਤੇ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਕਰਦਾ ਹੋ ਜਿਵੇਂ ਅਮਰੀਕਾ ਦੇ ਵਿੱਚ ਪ੍ਰਧਾਨਗੀ ਸਰਕਾਰਾ ਤੁਸੀਂ ਐਗਜ਼ਾਮਪਲ ਲਿਖ ਸਕਦੇ ਹੋ ਵੀ ਕਿਹੜੇ ਦੇਸ਼ ਦੇ ਵਿੱਚ ਪ੍ਰਧਾਨਗੀ ਸਰਕਾਰਾ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦਾ ਕੁਸ਼ਨ ਵੀ ਤੁਸੀਂ ਐਕਸਟਰਾ ਵੀ ਕਰ ਸਕਦੇ ਜਿਵੇਂ ਸੰਸਦੀ ਸਰਕਾਰ ਦੇ ਜਿਹੜੇ ਕਿ ਆਗਣ ਲਿਖੋ ਠੀਕ ਹੈ ਅਗਲਾ ਕੁਸ਼ਨ ਹੈ ਨਿਆਂਇਕ ਪੁਨਰ ਰੱਖਣ ਤੋਂ ਤੁਹਾਡਾ ਕੀ ਕੀ ਭਾਵ ਹੈ ਹੁਣ ਨਿਆਂਇਕ ਪੁਨਰ ਰੱਖਣ ਦਾ ਸਧਾਰਨ ਅਰਥ ਇਹ ਹੁੰਦਾ ਕਿ ਜੇ ਜੇਕਰ ਰਾਜ ਦੇ ਕਿਸੇ ਅੰਗ ਜਾਂ ਸੰਸਥਾ ਨੇ ਜਿਹੜੇ ਸੰਵਿਧਾਨ ਦੇ ਵਿਰੁੱਧ ਕੋਈ ਕਾਨੂੰਨ ਦਾ ਨਿਰਮਾਣ ਕਰਿਆ ਤਾਂ ਦੇਸ਼ ਦੀ ਸਰਵਉੱਚ ਅਦਾਲਤ ਜਿਹੜੀ ਕਿ ਉਸ ਕਾਨੂੰਨ ਨੂੰ ਜੋ ਕਿਸੇ ਰਾਜ ਨੇ ਜਿਹੜੇ ਕਿ ਪਾਸ ਕੀਤਾ ਮਤਲਬ ਕਿ ਉਹ ਕਿਸੇ ਦੇ ਵਿਰੁੱਧ ਹੈ ਮਤਲਬ ਕਿ ਰਾਜ ਦੇ ਕਿਸੇ ਅੰਗ ਜਾਂ ਸੰਸਥਾ ਨੇ ਸੰਵਿਧਾਨ ਦੇ ਵਿਰੁੱਧ ਕੋਈ ਕਾਨੂੰਨ ਬਣਾਇਆ ਤਾਂ ਦੇਸ਼ ਦੀ ਜਿਹੜੀ ਸਰਵਉੱਚ ਅਦਾਲਤ ਆ ਉਸ ਕਾਨੂੰਨ ਨੂੰ ਅਸੰਵਿਧਾਨਿਕ ਘੋਸ਼ਿਤ ਕਰਕੇ ਉਸ ਨੂੰ ਲਾਗੂ ਨਹੀਂ ਹੋਣ ਦਿੰਦੀ ਮਤਲਬ ਕਿ ਇਹ ਨਿਆਂਪਾਲਿਕਾ ਨੂੰ ਰੱਖਣ ਦੀ ਸ਼ਕਤੀ ਉਹਦੇ ਵਿੱਚ ਹੈ ਕਿ ਉਸ ਕਾਨੂੰਨ ਨੂੰ ਰੱਦ ਕਰ ਸਕਦੀ ਹੈ ਅਸੰਵਿਧਾਨੀ ਘੋਸ਼ਿਤ ਕਰ ਸਕਦੀ ਹੈ ਤੇ ਉਹਨੂੰ ਲਾਗੂ ਨਹੀਂ ਹੋਣ ਦਿੰਦੀ ਤੇ ਨਿਆਂਪਾਲਿਕਾ ਨੂੰ ਰੱਖਣ ਦਾ ਅਧਿਕਾਰ ਸਰਕਾਰ ਦੇ ਸਾਰੇ ਅੰਗਾਂ ਤੇ ਸੰਸਥਾਵਾਂ ਨੂੰ ਆਪਣੇ ਨਿਸ਼ਚਿਤ ਅਧਿਕਾਰ ਖੇਤਰ ਦੇ ਵਿੱਚ ਰਹਿਣ ਲਈ ਮਜਬੂਰ ਕਰਦਾ ਮਤਲਬ ਕਿ ਕੋਈ ਵੀ ਫਿਰ ਜਿਹੜੀ ਕਿ ਸਰਕਾਰ ਦਾ ਅੰਗ ਆ ਸੰਵਿਧਾਨ ਦੇ ਵਿਰੁੱਧ ਜਿਹੜੀ ਕਿ ਕਾਨੂੰਨ ਦਾ ਨਿਰਮਾ ਤੇ ਜਦੋਂ ਕਦੀ ਵੀ ਕੋਈ ਅੰਗ ਜਾਂ ਸੰਸਥਾ ਉਸ ਨਿਸ਼ਚਿਤ ਅਧਿਕਾਰ ਖੇਤਰ ਦੀ ਉਲੰਘਣਾ ਕਰਦੀ ਹੈ ਤਾਂ ਨਿਆਂਪਾਲਿਕਾ ਆਪਣੇ ਪੁੰਨਨ ਰੱਖਣ ਦੇ ਅਧਿਕਾਰ ਰਾਹੀਂ ਉਸ ਕਾਨੂੰਨ ਜਾਂ ਕਾਰਜਪਾਲਿਕਾ ਦਾ ਜਿਹੜਾ ਆਦੇਸ਼ ਉਹਨਾਂ ਨੂੰ ਲਾਗੂ ਕੀਤਾ ਹੁੰਦਾ ਉਹਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ਤੇ ਇਹ ਸ਼ਕਤੀ ਆਮ ਕਰਕੇ ਸੰਘਾਤਮਕ ਪ੍ਰਣਾਲੀਆਂ ਦੇ ਵਿੱਚ ਨਿਆਂਪਾਲਿਕਾ ਨੂੰ ਜ਼ਰੂਰੀ ਦਿੱਤੀ ਹੁੰਦੀ ਹੈ ਮਤਲਬ ਕਿ ਜਿਹੜੇ ਸੰਘਾਤਮਕ ਸ਼ਾਸਨ ਪ੍ਰਣਾਲੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਨਿਆਂਪਾਲਿਕਾ ਨੂੰ ਪਾਵਰ ਹੁੰਦੀ ਹੈ ਕਿਉਂਕਿ ਇਸ ਪ੍ਰਣਾਲੀ ਦੇ ਵਿੱਚ ਸ਼ਕਤੀਆਂ ਦੀ ਵੰਡ ਰਾਜਾਂ ਤੇ ਕੇਂਦਰ ਦੇ ਵਿਚਕਾਰ ਹੋਈ ਹੁੰਦੀ ਆ ਤੇ ਇਹਨਾਂ ਸ਼ਕਤੀਆਂ ਦੀ ਵੰਡ ਦੀ ਉਲੰਘਣਾ ਕਰਨ ਵਾਲੇ ਕਿਸੇ ਅਧਿਕਾਰੀ ਜਾਂ ਸੰਸਥਾ ਨੂੰ ਨਿਆਂਪਾਲਿਕਾ ਆਗਿਆ ਨਹੀਂ ਦਿੰਦੀ ਅਤੇ ਉਹਨਾਂ ਦੀਆਂ ਅਜਈਆਂ ਕਾਰਵਾਈਆਂ ਨੂੰ ਆਪਣੇ ਨਿਯਮ ਪੂਰਨ ਰੱਖਣ ਦੀ ਵਰਤੋਂ ਕਰਕੇ ਲਾਗੂ ਹੋਣ ਤੋਂ ਰੋਕ ਦਿੰਦੀ ਆ ਆ ਵੀ ਤੁਸੀਂ ਕਰ ਸਕਦੇ ਹੋ ਬੰਦੀ ਪਰਤੱਖੀ ਕਰਨ ਤੋਂ ਕੀ ਭਾਵ ਆ ਠੀਕ ਹੈ ਇਹ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਹਾਂਸ ਕੋਰਪਸ ਲਾਤੀਨੀ ਭਾਸ਼ਾ ਦਾ ਸ਼ਬਦ ਤੇ ਇਸ ਤਰ੍ਹਾਂ ਤੁਸੀਂ ਆਪਣਾ ਜਿਹੜੇ ਕਿ ਇਹ ਰਿਟਸ ਦੇ ਵਿੱਚੋਂ ਆ ਮੁਲਕੀ ਗੜਿਗੜੇ ਰਿਟਸ ਜਾਰੀ ਕਰਸਾ ਦਿੰਨੇ ਅਗਿਆ ਅਵਿਸ਼ਵਾਸ ਪ੍ਰਸਤਾਵ ਤੁਹਾਡਾ ਕੀ ਪਾਵ ਹੈ ਜਿਹੜੇ ਕਿ ਇਸ ਦੇ ਵਿੱਚ ਇਹ ਹੁੰਦਾ ਹੈ ਕਿ ਲੋਕ ਸਭਾ ਸਮੁੱਚੀ ਮੰਤਰੀ ਪ੍ਰੀਸ਼ਦ ਦੇ ਵਿਰੁੱਧ ਜੇ ਸਧਾਰਨ ਬਹੁਮਤ ਨਾਲ ਜਿਹੜੇ ਕਿ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰ ਦਿੰਦੀ ਆ ਤਾਂ ਜਿਹੜੇ ਕਿ ਸਮੁੱਚੀ ਮੰਤਰੀ ਪ੍ਰੀਸ਼ਦ ਨੂੰ ਤਿਆਗ ਪੱਤਰ ਦੇਣ ਲਈ ਮਜਬੂਰ ਕਰ ਸਕਦੀ ਆ ਲੋਕ ਸਭਾ ਉਸ ਤੋਂ ਅੱਗੇ ਮੁੱਖ ਮੰਤਰੀ ਦੇ ਚਾਰ ਕੰਮ ਲਿਖਣੇ ਨੇ ਮੁੱਖ ਮੰਤਰੀ ਦੇ ਸ਼ਕਤੀਆਂ ਜਾਂ ਕੰਮ ਜਿਵੇਂ ਮੰਤਰੀ ਪ੍ਰਸ਼ਾਸਨ ਨਿਰਮਾਣ ਕਰਨਾ ਜਿਹੜਾ ਕਿ ਮੁੱਖ ਮੰਤਰੀ ਦਾ ਮੁੱਖ ਕੰਮ ਹੁੰਦਾ ਹੈ ਤੇ ਇਹ ਨੂੰ 6164 ਦੇ ਜਿਹੜੇ ਕਿ ਅਨਸਾਰ ਮੰਤਰੀ ਪ੍ਰਸ਼ਦ ਦੇ ਮੁੱਖ ਮੰਤਰੀ ਪ੍ਰਸ਼ਦ ਦੇ ਮੰਤਰੀ ਦੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ ਨਾਲ ਜਿਹੜੀ ਕਿ ਰਾਜਪਾਲੀ ਦੁਆਰਾ ਕੀਤੀ ਜਾਂਦੀ ਹੈ ਤੇ ਮੰਤਰੀ ਦੀ ਰਾਜਪਾਲ ਦੁਆਰਾ ਨੁਕਤੀ ਕਰ ਰਸਮੀ ਕਾਰਵਾਈ ਹੁੰਦੀ ਆ ਤੁਸੀਂ ਇਹਨਾਂ ਡਿਟੇਲ ਲਿਖਣਾ ਲਿਖ ਸਕਦੇ ਨਹੀਂ ਅਦਰਵਾਈਜ਼ ਤੁਸੀਂ ਸਿੱਧਾ ਵੀ ਲਿਖ ਸਕਦੇ ਹੋ ਕਿ ਮੰਤਰੀ ਵਿਸ਼ੇ ਨਿਰਮਾਣ ਕਰਨਾ ਜਿਹੜੇ ਕਿ ਮੁੱਖ ਮੰਤਰੀ ਦਾ ਕੰਮ ਹੁੰਦਾ ਅਲੱਗ-ਅਲੱਗ ਵਿਭਾਗਾਂ ਦੀ ਵੰਡ ਕਰਨਾ ਜਿਹੜੇ ਕਿ ਇਹ ਵੀ ਮੁੱਖ ਮੰਤਰੀ ਦਾ ਕੰਮ ਹੁੰਦਾ ਮੰਤਰੀ ਪ੍ਰੀਸ਼ਦ ਦਾ ਪੁਨਰਗਠਨ ਕਰਨਾ ਠੀਕ ਆ ਤਾਂ ਉਹ ਵੀ ਜਿਹੜੇ ਕਿ ਮੁੱਖ ਮੰਤਰੀ ਦਾ ਕੰਮ ਹੁੰਦਾ ਪਬਜੀ ਕੋਈ ਮੰਤਰੀ ਜਿਹੜੇ ਕਿ ਮੁੱਖ ਮੰਤਰੀ ਦੀ ਸਹਿਮਤੀ ਨਾਲ ਕੰਮ ਨਹੀਂ ਕਰਦਾ ਤਾਂ ਉਹਨੂੰ ਜਿਹੜੇ ਕਿ ਈਤਿਆਗ ਪੱਤਰ ਦੇਣ ਲਈ ਕਹਿ ਸਕਦਾ ਜੇ ਕੋਈ ਮੰਤਰੀ ਤਿਆਗ ਪੱਤਰ ਦੇਦੋਂ ਕਾਰ ਕਰਦਾ ਤਾਂ ਮੁੱਖ ਮੰਤਰੀ ਉਹਨੂੰ ਜਿਹੜੇ ਕਿ ਰਾਜਪਾਲ ਦੁਆਰਾ ਡਿਸਮਿਸ ਵੀ ਕਰਵਾ ਸਕਦਾ ਤੇ ਉਹਦਾ ਪੁਨਰਗਠਨ ਜਿਹੜੇ ਕਿ ਦੁਆਰਾ ਕਰਵਾ ਸਕਦਾ ਜਿਵੇਂ 2010 ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਵਾਦੂਲ ਮੰਤਰੀ ਮੰਡਲ ਤੋਂ ਜਿਹੜੇ ਕਿ ਡਿਸਮਿਸ ਕਰ ਦਿੱਤਾ ਗਿਆ ਸੀ ਤੇ ਮੁੱਖ ਮੰਤਰੀ ਜਦੋਂ ਲੋੜ ਸਮਝੇ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਮਤਲਬ ਕਿ ਉਹਨੂੰ ਦੁਬਾਰਾ ਜਿਹੜੇ ਕਿ ਬਣਵਾ ਸਕਦਾ ਤੇ ਮੰਤਰੀ ਮੰਡਲ ਦਾ ਅਧਿਐਕਸ਼ ਹੋਂਦਾ ਜਿਹੜੇ ਇਹ ਬੈਠਕਾਂ ਦੇ ਪ੍ਰਧਾਨ ਉਹ ਕੈਬਨਿਟ ਦੀਆਂ ਬੈਠਕਾਂ ਜਿਹੜੀ ਕਿ ਪ੍ਰਧਾਨ ਕੀ ਕਰਦਾ ਮੁੱਖ ਮੰਤਰੀ ਮੰਤਰੀ ਮੰਡਲ ਮੰਡਲ ਦਾ ਅਧਿਖsho ਹੁੰਦਾ ਤੇ ਉਹ ਕੈਬਨਿਟ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਤੇ ਕੈਬਨਿਟ ਦੀਆਂ ਬੈਠਕਾਂ ਦੀ ਤਾਰੀਖ ਨਿਸ਼ਚਿਤ ਕਰਨਾ ਉਹਨਾਂ ਦੀ ਕਾਰਜ ਸੂਚੀ ਤਿਆਰ ਕਰਨਾ ਸਾਰਾ ਮੁੱਖ ਮੰਤਰੀ ਦਾ ਕੰਮ ਹੁੰਦਾ। ਮੰਤਰੀ ਮੰਡਲ ਦਾ ਮੁਖੀ ਹੁੰਦਾ ਉਹ ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਜਿਹੜੀ ਕਿ ਮੁਖੀ ਹੁੰਦਾ ਸਾਰੇ ਮੰਤਰੀ ਆਪਣੇ ਵਿਭਾਗਾਂ ਸੰਬੰਧੀ ਨਿੱਜੀ ਰੂਪ ਦੇ ਵਿੱਚ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਹੁੰਦੇ ਨੇ ਉੱਤਰਦਾ ਹੀ ਹੁੰਦੇ ਨੇ। ਮੰਤਰੀ ਅਕਸਰ ਮੁੱਖ ਮੰਤਰੀ ਕੋਲੋਂ ਜਿਹੜੇ ਕਿ ਆਪਣੇ ਵਿਭਾਗਾਂ ਸੰਬੰਧੀ ਸਲਾਹ ਲੈਂਦੇ ਨੇ ਤੇ ਮੁੱਖ ਮੰਤਰੀ ਜਿਹੜੇ ਕਿ ਮੰਤਰੀ ਨੂੰ ਚੰਗੇ ਕੰਮਾਂ ਲਈ ਸਲਾਹ ਉਤਸ਼ਾਹ ਦਿੰਦਾ ਰਹਿੰਦਾ ਤੁਸੀਂ ਇਹਨੂੰ ਪੁਆਇੰਟਾਂ 'ਚ ਵੀ ਲਿਖ ਸਕਦੇ ਹੋ ਅਦਰਵਾਇਜ਼ ਤੁਸੀਂ ਇਹਨਾਂ ਦੇ ਹੈਡਿੰਗ ਵੀ ਬਣਾ ਸਕਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਨੂੰ ਯਾਦ ਕਰ ਲਿਓ ਅਗਲਾ ਕੁਸ਼ਨ ਹੈ ਜ਼ਿਲ੍ਹੇ ਦੇ ਸਰਬੁੱੱਚ ਸਿੱਖਿਆ ਅਧਿਕਾਰੀ ਦੇ ਕੰਮ ਲਈ ਕੋ ਜਿਹੜੇ ਸਰਵੋੱਚ ਸਰ ਇੱਕ ਸਿੱਖਿਆ ਅਧਿਕਾਰੀ ਦਾ ਜਿਹੜੇ ਕਿ ਕੰਮ ਲਿਖਣੇ ਨੇ ਤੇ ਇੱਕ ਸਟੂਡੈਂਟ ਹੋਰ ਜਿਹੜੇ ਕਿ ਤੁਸੀਂ ਇੱਕ ਹੋਰ ਚੈਨਲ ਜਿਹੜੇ ਕਿ ਬਣਾਇਆ ਹੋਇਆ ਮੈਂ ਜਿਸ ਦੇ ਵਿੱਚ 20 ਸੈਂਪਲ ਪੇਪਰਸ ਆ ਜਿਹੜੇ ਕਿ ਅਪਲੋਡ ਟਾਈਮ ਟੂ ਟਾਈਮ ਕੀਤਾ ਜਾਣਗੇ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਚੈਨਲ ਦਾ ਨੇਮ ਹੈਗਾ ਕੌਰ ਫੋਰ ਸਮਾਰਟ ਕਲਾਸਿਸ ਇਸ ਦਾ ਲਿੰਕ ਵੀ ਜਿਹੜਾ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਜਾਊਗਾ ਤੁਸੀਂ ਇਸ ਚੈਨਲ ਨੂੰ ਵੀ ਜਿਹੜਾ ਕਿ ਸਬਸਕ੍ਰਾਈਬ ਕਰਨਾ ਕਿਉਂਕਿ ਇਹ ਮੈਂ ਖੁਦ ਜਿਹੜਾ ਕਿ ਕ੍ਰੀਏਟ ਕੀਤਾ ਹੋਇਆ ਤੇ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਟੂਰ ਸਟਡੀ ਕਲਾਸਿਸ ਤੇ ਹੁਣ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕਾਰਜ ਦੇਖ ਸਕਦੇ ਹੋ ਤੁਸੀਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਜ਼ਿਲ੍ਹਾ ਪੱਧਰ ਤੇ ਰਾਜ ਦੇ ਸਿੱਖਿਆ ਅਧਿਕਾਰ ਦਾ ਮੁੱਖ ਪ੍ਰਤੀਨਿਧ ਹੁੰਦਾ ਤੇ ਉਹਦੇ ਕੰਮ ਹੇਠ ਲਿਖੇ ਨੇ ਜ਼ਿਲ੍ਹੇ ਦੇ ਸਾਰੇ ਸੀਨੀਅਰ ਉੱਚ ਤੇ ਮਿਡਲ ਸਕੂਲਾਂ ਦਾ ਪ੍ਰਬੰਧ ਕਰਨਾ ਸਿੱਖਿਆ ਭਾਗ ਤੋਂ ਮਨਜ਼ੂਰ ਪਾਠਕ੍ਰਮ ਪਾਠ ਦੀ ਵਿਧੀ ਪਾਠਕ੍ਰਮ ਤੋਂ ਇਲਾਵਾ ਕਾਰਜ ਵਿਧੀ ਦੇ ਵਿਸ਼ੇ ਸਿੱਖਿਆ ਪਰਸਾਰ ਅਧਿਕਾਰੀ ਨੂੰ ਮਦਦ ਕਰਨਾ ਬੋਰਡ ਦੀਆਂ ਪ੍ਰੀਖਿਆ ਨੂੰ ਛੱਡ ਕੇ ਹੋਰ ਜਮਾਤਾਂ ਦੀ ਸਲਾਨਾ ਪ੍ਰੀਖਿਆ ਦਾ ਪ੍ਰਬੰਧ ਕਰਨਾ ਨਤੀਜਿਆਂ ਦੀ ਘੋਸ਼ਣਾ ਕਰਨਾ ਜ਼ਿਲ੍ਹੇ ਦੇ ਸਾਰੇ ਸਿੱਖਿਆ ਸੰਸਥਾਵਾਂ ਵਿੱਚ ਲੂਡਿੰਦੇ ਫਰਨੀਚਰ ਪਾਰਟਸ ਮਗਰੀ ਤੇ ਹੋਰ ਸਮਾਨ ਦੀ ਵਿਵਸਥਾ ਕਰਨਾ ਸਿੱਖਿਆ ਸੰਬੰਧੀ ਰਿਕਾਰਡਾਂ ਦੀ ਜਾਂਚ ਤੇ ਵਿਵਸਥਾ ਸੰਬੰਧੀ ਨਿਰਦੇਸ਼ ਦੇਣਾ ਠੀਕ ਹੈ ਖੇਤੀ ਖੇਤਰਾ ਵਿੱਚ ਸਿੱਖਿਆ ਦਾ ਪ੍ਰਚਾਰ ਕਰਨਾ ਮਤਲਬ ਕਿ ਤੁਸੀਂ ਇਹ ਸਾਰੇ ਦੇਖ ਸਕਦੇ ਹੋ ਜਿਵੇਂ ਪੱਧਰ ਤੇ ਵੱਖ-ਵੱਖ ਤਰ੍ਹਾਂ ਦੇ ਗਿਆਨ ਦੇ ਵਿੱਚ ਵਾਧੇ ਕਰਨ ਲਈ ਪ੍ਰੀਖਣ ਕੇਂਦਰ ਸੈਮੀਕਰਨ ਦੀ ਵਿਵਸਥਾ ਕਰਨਾ ਜਿਲ੍ਹਾ ਪੱਧਰ ਦੇ ਸਭਿਆਚਾਰਕ ਇਹ ਸਾਰੇ ਮਤਲਬ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਠੀਕ ਹੈ ਕੰਮ ਨੂੰ ਹੁਣ ਅਗਲਾ ਜਿਹੜਾ ਕੀ ਪੈਰੇ ਨੂੰ ਰੀਡ ਕਰਕੇ ਤੁਸੀਂ ਆਨਸਰ ਸੇ ਫਾਈਂਡ ਕਰਨੇ ਨੇ ਭਾਰਤੀ ਸੰਸਦ ਦੇ ਦੋ ਸਦਨ ਨੇ ਮਤਲਬ ਕਿ ਇਹਨਾਂ ਬਾਰੇ ਪੈਰਾ ਇਹ ਭਾਰਤੀ ਸੰਸਦ ਦੇ ਕਿੰਨੇ ਸਦਨ ਨੇ ਇਹਦਾ ਆਨਸਰ ਆਊਗਾ ਤੁਸੀਂ ਦੋ ਟਿਕ ਹੋਊਗਾ ਇਸ ਸੈਂਪਲ ਪੇਪਰ 'ਚ ਇਸ ਸੈਂਪਲ ਪੇਪਰ ਆ ਸਟੂਡੈਂਟ ਕੋਈ ਮਤਲਬ ਕਿ ਤੁਹਾਡਾ ਫਾਈਨਲ ਹੋਣੀ ਆ ਇਹ ਜਸਟ ਸੈਂਪਲ ਪੇਪਰ ਆ ਠੀਕ ਹੈ ਜੋ ਪੀਐਸਸੀ ਵੀ ਸਾਈਟ ਤੇ ਐਜੂਕੇਰ ਐਪ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਜਿਹੜੇ ਕੀ ਸੋਲਵ ਕੀਤਾ ਜਾਣਾ ਹੈ ਤਪਾਰਤੀ ਸੰਸਦਿਕ ਕਿੰਨੇ ਸਦਨ ਨੇ ਦੋ ਸਦਨ ਨੇ ਤੇ ਅੱਜ ਕੱਲ੍ਹ ਲੋਕ ਸਭਾ ਦੇ ਡੈਸ਼ ਮੈਂਬਰ ਹੁਣ ਅੱਜ ਕੱਲ੍ਹ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਹੈ 543 ਲੋਕ ਸਭਾ ਦਾ ਮੈਂਬਰ ਬਣ ਲਈ 25 ਸਾਲ ਦੀ ਉਮਰ ਹੋਣਾ ਜ਼ਰੂਰੀ ਹੈ ਸਹੀ ਜਾਂ ਗਲਤ ਬਿਲਕੁਲ ਸਹੀ ਹੈ 25 ਸਾਲ ਉਮਰ ਹੋਣੀ ਚਾਹੀਦੀ ਹੈ ਲੋਕ ਸਭਾ ਦੇ ਕੋਈ ਦੋ ਪ੍ਰਮੁੱਖ ਮੈਂਬਰਾਂ ਦੇ ਨਾਮ ਲਿਖੋ ਹੁਣ ਲੋਕ ਸਭਾ ਦੇ ਪ੍ਰਮੁੱਖ ਮੈਂਬਰ ਜਿਵੇਂ ਇਹਨਾਂ ਦੇ ਵਿੱਚੋਂ ਨਰਿੰਦਰ ਮੋਦੀ ਸ਼੍ਰੀ ਨਰਿੰਦਰ ਮੋਦੀ ਸ਼੍ਰੀ ਰਾਹੁਲ ਗਾਂਧੀ ਸ਼੍ਰੀ ਸੁਖਵੀਰ ਸਿੰਘ ਬਾਦਲ ਸ਼੍ਰੀ ਭਗਵੰਤ ਮਾਨ ਸ਼੍ਰੀ ਸੰਦੀਪ ਜੋ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਦੋ ਦੇ ਜਿਹੜੇ ਕਿ ਨਾਮ ਲਿਖ ਸਕਦੇ ਹੋ ਅੱਗੇ ਜਿਹੜੇ ਕਿ 6 ਮਾਸ ਵਾਲੇ ਕੁਐਸਚਨਸ ਹੋਣਗੇ ਹਾਂਜੀ ਵੀਡੀਓ ਨੂੰ ਸਟੂਡੈਂਟਸ ਨੂੰ ਜ਼ਰੂਰ ਸ਼ੇਅਰ ਕਰਿਓ ਥੈਂਕਸ